ਅੱਜ ਬਹੁਤ ਅਸੀਂ ਠੀਕ ਠਾਕ ਹੈ ਆਪਣੇ ਘਰ ਨੂੰ ਕਿੱਥੇ ਹੈ ਖੁਸ਼ ਹੈਗਾ ਵਾ ਸੇਵਾ ਬਹੁਤ ਵਧੀਆ ਹੋਈ ਹੈ ਬਹੁਤ ਵਧੀਆ ਇੱਥੇ ਸਾਡਾ ਇਲਾਜ ਹੋ ਇਲਾਜ ਦੇ ਵਿੱਚ ਹੀ ਨਹੀਂ ਲੰਗਰ ਦੇ ਵਿੱਚ ਜੋ ਦੁਆਵਾਂ ਜੋ ਜਿਸ ਤਰੀਕੇ ਨਾਲ ਪਾਠ ਹੋ ਰਿਹਾ ਜਿਸ ਤਰੀਕੇ ਦੇ ਨਾਲ ਸਭਾਵਾਂ ਹੋ ਰਹੀਆਂ ਜਿਸ ਤਰੀਕੇ ਦੇ ਨਾਲ ਹਰੇਕ ਦੀ ਮੈਂਟੈਲਿਟੀ ਜਿਹੜਾ ਵੀ ਬੰਦਾ ਇੱਥੇ ਕੰਮ ਕਰਨ ਵਾਲਾ ਉਹਦੇ ਮੂੰਹ 'ਤੇ ਤਿਉੜੀਆਂ ਨਹੀਂ ਹੈ ਉਹ ਬੜੀ ਖੁਸ਼ੀ ਨਾਲ ਕੰਮ ਕਰ ਰਿਹਾ ਹਾਂਜੀ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹਾਂ 100% ਰੱਬ ਦਾ ਔਰ ਦਿਖਦਾ ਵੀ ਇੱਥੇ ਰੱਬ ਹੈਗਾ ਵੀਰ ਜੀ ਤੁਸੀਂ ਇਹਨਾਂ ਦੇ ਅਟੈਂਡੈਂਟ ਹੋ ਇਹਨਾਂ ਦੇ ਬੇਟੇ ਹੋ ਕੀ ਕਹਿਣਾ ਚਾਹੋਗੇ ਕਿਵੇਂ ਤੁਹਾਨੂੰ ਲੱਗਦਾ ਸੀਗਾ ਤੁਸੀਂ ਮੇਰਾ ਖਿਆਲ ਹੈ ਕਿ ਸ਼ਾਇਦ ਲੋਪੋ ਵਾਲੀ ਸੰਪਰਦਾਇ ਦੇ ਨਾਲ ਜਾਂ ਕਿਸੇ ਸੰਪਰਦਾਇ ਨਾਲ ਜੁੜੇ ਹੋਏ ਬੰਦੇ ਹੋ ਕੀ ਕਹਿਣਾ ਚਾਹੋਗੇ ਕਿਵੇਂ ਸੀਗੇ ਉਸ ਕੰਡੀਸ਼ਨ 'ਤੇ ਅੱਜ ਕੀ ਕੀ ਤੁਹਾਡਾ ਐਕਸਪੀਰੀਅੰਸ ਰਿਹਾ ਤੁਸੀਂ ਹੋਸਪਿਟਲਾਂ 'ਚ ਵੀ ਗਏ ਔਰ ਕਿਵੇਂ ਤੁਹਾਨੂੰ ਕੀ ਚੇਂਜ ਕੀਤਾ ਬਾਪੂ ਜੀ ਕਹਿ ਕੇ ਹਰ ਟਾਈਮ ਬਾਤ ਕਰਦੇ ਸੀ ਕਿਆ ਚਾਹੀਦਾ ਬਾਪੂ ਜੀ ਪਾਣੀ ਦੇ ਲਓ ਚਾਹ ਲੈ ਲਓ ਫਲ ਖਾ ਲਓ ਖਾਣਾ ਖਾ ਲਓ ਫਿਰ ਆਮ ਤੌਰ 'ਤੇ ਲੋਕ ਕਹਿੰਦੇ ਕੋਵਿਡ ਵਾਲੇ ਪੇਸ਼ੈਂਟ ਤੋਂ ਲੋਕ ਬਹੁਤ ਦੂਰ ਰਹਿੰਦੇ ਆ ਬੜਾ ਡਰਦੇ ਆ ਕੀ ਕਹਿਣਾ ਚਾਹੋਗੇ ਇੱਥੇ ਇਹਨਾਂ ਦਾ ਨਹੀਂ ਕੋਈ ਨਹੀਂ ਡਰਿਆ ਰਾਤ ਕੋਈ ਨਹੀਂ ਡਰੇ ਆਪਾਂ ਸੱਤ ਭੱਜ ਭੱਜ ਕੇ ਮਿਲ ਰਹੇ ਤੇ ਸੇਵਾ ਕਰ ਰਹੇ ਸੀ